ਕੱਲ੍ਹ ਮੈਂ ਸ਼ਿਵਾਂਗੀ, ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਨਸ 24। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਗੁਰਪੁਰਬ ਦੀ ਧੂਮ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ, ਹਰ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾ ਰਿਹਾ। ਸੋ ਇਸ ਟਾਈਮ ਵੀ ਲੁਧਿਆਣੇ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੀ ਤਸਵੀਰ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਸਵਾਗਤ ਕਰਦੇ ਹਾਂ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅੱਜ ਮੇਰੀਆਂ ਜਿੰਨੀਆਂ ਵੀ ਸੰਗਤਾਂ ਨੇ, ਜਿੰਨੀਆਂ ਵੀ ਇਹ ਚੈਨਲ ਨਾਲ ਜੁੜ ਬੈਠੀਆਂ ਨੇ, ਸਾਰੇ ਗੱਜ ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੀ ਜੋ ਕਿ ਅਸੀਂ ਸਾਰੀ ਸੰਗਤ ਇਕੱਠੀ ਹੋ ਕੇ ਨਿਰਮਲ ਅਕਾਲ ਬੁੰਗਾ ਗੁਰਦੁਆਰਾ ਸਾਹਿਬ ਨਿਹੰਗਾ ਸਿੰਘਾਂ ਦੀ ਛਾਉਣੀ ਟ੍ਰਾਂਫੂਰ ਨਗਰ ਦੇ ਵਿੱਚ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਹੇ ਹੈਗੇ ਹਾਂ, ਜੋ ਕਿ ਉਹਨਾਂ ਦੀ ਯਾਦ ਜਨਮ ਦਿਨ ਦੇ ਵਿੱਚ ਅਸੀਂ ਕੇਕ ਲਿਆਂਦਾ। ਅੱਜ ਸਾਰੀ ਸੰਗਤ ਨੇ ਮਿਲ ਕੇ ਅੱਜ ਉਹਨਾਂ ਦੀ ਜਨਮ ਦੇ ਵਿੱਚ ਕੇਕ ਕੱਟਣ ਲੱਗੇ ਹੋਏ ਹਾਂ। ਅਤੇ ਸਾਰੀ ਜਿੰਨੀ ਵੀ ਜਗਤ ਹੈਗਾ, ਜਿੰਨਾ ਵੀ ਜਗਤ ਸੰਗਤ ਹੈ, ਸਾਰੀ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਇੱਦਾਂ ਹੀ ਗੁਰੂ ਮਹਾਰਾਜ ਦੇ ਲੜ ਲੱਗਿਆ ਕਰੋ, ਬਾਣੀ ਨਾਲ ਜੁੜਿਆ ਕਰੋ। ਬੱਚਿਆਂ ਨੂੰ ਵੀ ਬੇਨਤੀ ਆ ਅੰਮ੍ਰਿਤ ਪਾਨ ਕਰੋ। ਮਹਾਰਾਜ ਨੇ ਦੇਖੋ ਗੁਰੂ ਨਾਨਕ ਦੇਵ ਜੀ ਨੇ ਕਿੱਡਾ ਵੱਡਾ ਥਾਂ ਥਾਂ 'ਤੇ, ਪਹਿਲੋਂ 100 ਸਾਲ ਪਿੱਛੇ ਚਲੇ ਜਾਈਏ ਜਾਂ ਪਿੱਛੇ ਜ਼ਿਆਦਾ ਚਲੇ ਜਾਈਏ, ਉਦੋਂ ਕੋਈ ਗੱਡੀ ਨਹੀਂ ਸੀ, ਕੋਈ ਮੋਟਰ ਨਹੀਂ ਸੀਗੀ, ਪੂਰਾ ਜਗਤ ਨਾਨਕ ਜੀ ਨੇ ਤੁਰ ਕੇ ਗਾਇਆ ਹੈਗਾ, ਸਾਰੇ ਪਾਸੇ ਘੁੰਮਿਆ ਗਿਆ। ਅਤੇ ਅੱਜ ਮੈਂ ਉਹੀ ਗਾ ਨਾਨਕ ਜੀ ਦੀਆਂ ਆਪਾਂ ਜਿਹੜੀਆਂ ਗੱਲਾਂ ਰੱਖਣੀਆਂ ਗੁਰੂ ਨਾਨਕ ਦੇਵ ਜੀ ਦੀਆਂ ਹੀ ਸ਼ੋਭਾ ਕਰਨੀ ਚਾਹੀਦੀ ਹੈਗੀ ਆ। ਅਤੇ ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਸਾਰੇ ਗੁਰੂ ਨਾਨਕ ਦੇ ਜਿਹੜੇ ਸਨ, ਜਿਹੜੇ ਮਹਾਰਾਜ ਨੇ ਬਚਨ ਕੀਤੇ ਆ, ਉਹਨਾਂ ਬਚਨਾਂ 'ਤੇ ਚੱਲਣਾ ਚਾਹੀਦਾ ਹੈਗਾ। ਅਤੇ ਆਪਾਂ ਸਾਰੇ ਰਲ ਮਿਲ ਕੇ ਅਤੇ ਅੰਮ੍ਰਿਤ ਪਾਨ ਵੀ ਕਰੀਏ ਅਤੇ ਬਾਣੀ ਬਾਣੇ ਨਾਲ ਵੀ ਜੁੜੀਏ। ਅਤੇ ਜਿਹੜੀਆਂ ਮੇਰੀਆਂ ਭੈਣਾਂ ਨੇ, ਨਿੱਕੀਆਂ ਨਿੱਕੀਆਂ ਬੱਚੀਆਂ ਨੇ ਜਾਂ ਵੱਡੇ ਵੱਡੇ ਬੱਚੇ ਆ, ਸਾਰਿਆਂ ਨੂੰ ਬੇਨਤੀ ਆ ਵੀ ਸ੍ਰੀ ਸਾਹਿਬ ਅਤੇ ਕਿਰਪਾਨ ਜ਼ਰੂਰ ਰੱਖਿਆ ਕਰੋ ਵੀ ਆਪਾਂ ਗੁਰੂ ਵਾਲੇ ਬਣੀਏ, ਆਪਾਂ ਨੂਰੇ ਨਾ ਬਣੀਏ। ਵੀ ਆਪਾਂ ਗੁਰੂ ਵਾਲੇ ਹੋ ਕੇ ਮਰਨਾ ਤਾਂ ਇੱਕ ਦਿਨ ਸਭ ਨੇ ਹੀ ਆ, ਵੀ ਆਪਾਂ ਗੁਰੂ ਦੇ ਲੜ ਲੱਗ ਕੇ ਮਰੀਏ। ਅਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਸਾਡਾ 555ਵਾਂ ਸਾਡੇ ਗੁਰੂ ਨਾਨਕ ਦੇਵ ਜੀ ਦਾ ਅੱਜ ਗੁਰਪੁਰਬ ਹੈ। ਅਸੀਂ ਲੱਖ ਲੱਖ ਵਧਾਈ ਹੈ ਸਾਰੀ ਸੰਗਤਾਂ ਨੂੰ, ਅਤੇ ਖਾਸ ਕਰਕੇ ਕੁਲਦੀਪ ਸਿੰਘ ਜੀ ਜਥੇਦਾਰ, ਇਹਨਾਂ ਨੂੰ ਬਹੁਤ ਬਹੁਤ, ਇਹਨਾਂ ਨੇ ਜੋ ਇਹਨਾਂ ਨੇ ਇੱਥੇ ਸਾਰਾ ਗੁਰਦੁਆਰਾ ਸਾਹਿਬ ਜੀ ਸਾਰਾ ਕੁਝ ਕੀਤਾ। ਅਤੇ ਬਾਕੀ ਜਿਹੜੇ ਅਸੀਂ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਦੇ ਉੱਤੇ ਅਸੀਂ ਉਰੇ ਅਸੀਂ ਆਪਣਾ ਮਨਾ ਰਹੇ ਹਾਂ ਟਰਾਂਸਪੋਰਟ ਨਗਰ ਦੇ ਵਿੱਚ, ਅਸੀਂ ਉਹਨਾਂ ਦੇ ਬਾਰੇ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਅੱਜ ਦੀ ਡੇਟ, ਅੱਜ ਜੋ ਟਾਈਮ ਚੱਲ ਰਿਹਾ ਆ ਨਸ਼ਿਆਂ ਦਾ ਹੋਰ, ਇਹ ਸਾਡੇ ਗੁਰੂ ਮਹਾਰਾਜ ਨੇ ਕਿਹਾ ਵੀ ਆਪਣੀ ਕਿਰਤ ਕਰੋ, ਕਮਾਈ ਕਰੋ ਔਰ ਵੰਡ ਕੇ ਛਕੋ। ਇਹੀ ਸਾਰੀ ਸੰਗਤਾਂ ਨੂੰ ਮੈਂ ਬੇਨਤੀ ਆ ਵੀ ਸਾਡੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਉੱਤੇ ਚੱਲੋ, ਸਾਧ ਸੰਗਤ ਨੂੰ ਅਤੇ ਆਉਣ ਵਾਲੇ ਸਾਡੀ ਪੀੜ੍ਹੀ ਆ ਜਿਹੜੀ ਵੀ ਉਹਨਾਂ ਨੇ ਹਮੇਸ਼ਾ ਹੀ ਕੋਈ ਜਾਤ ਪਾਤ ਨਹੀਂ ਰੱਖੀ, ਉਹਨਾਂ ਨੇ ਸਭ ਦਾ ਭਲਾ ਹੀ ਸੋਚਿਆ ਕੋਈ ਕਿਸੇ ਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਨਾਨਕ ਦੇਵ ਜੀ ਨੇ ਇੱਕ, ਮੈਨੂੰ ਛੋਟੀ ਗੱਲ ਯਾਦ ਆ ਗਈ, ਇੱਕ ਗੁਰੂ ਨਾਨਕ ਦੇਵ ਜੀ ਮੱਕਾ ਮਦੀਨਾ ਚਲੇ ਗਏ, ਜਦੋਂ ਮੱਕਾ ਮਦੀਨਾ ਚਲੇ ਗਏ ਗੁਰੂ ਨਾਨਕ ਦੇਵ ਜੀ, ਉੱਥੇ ਗੁਰੂ ਨਾਨਕ ਦੇਵ ਜੀ ਥੱਕੇ ਪਏ, ਕਹਿੰਦੇ ਪੈ ਗਏ ਲੰਮੇ, ਉਹ ਮੱਕੇ ਵਾਲ ਨੂੰ ਲੱਤਾਂ ਕਰਕੇ ਪੈ ਗਏ। ਉੱਥੇ ਇੱਕ ਮੇਰਾ ਮੁਸਲਮਾਨ ਵੀਰ ਭਾਈ ਜੋ ਵੀ ਸੀਗਾ ਉੱਥੇ ਸੇਵਾਦਾਰ, ਉਹ ਕਹਿੰਦਾ ਬਾਬਾ ਜੀ, ਕਹਿੰਦਾ ਤੁਸੀਂ ਸਾਡੇ ਮੱਕਾ ਮਦੀਨਾ ਵੱਲ ਪੈਰ ਕਰਕੇ ਪਏ ਹੋਏ ਹੋ। ਕਹਿੰਦਾ ਭਾਈ ਮੈਂ ਬਜ਼ੁਰਗ ਬੰਦਾ, ਜਿੱਧਰ ਤੇਰਾ ਮੱਕਾ ਮਦੀਨਾ ਨਹੀਂ ਹੈਗਾ ਉੱਧਰ ਮੇਰੀਆਂ ਲੱਤਾਂ ਘੁਮਾ ਦਿਓ। ਉਹਨੇ ਕੀ ਕੀਤਾ, ਬਾਬੇ ਨਾਨਕ ਦੀਆਂ ਲੱਤਾਂ ਫੜੀਆਂ, ਇੱਦਾਂ ਘੁਮਾਤਾ। ਉਹ ਜਦੋਂ ਚਾਰੇ ਪਾਸੇ ਦੇਖਿਆ ਕਰੇ, ਦੂਜੇ ਪਾਸੇ ਕਰਿਆ ਕਰੇ ਦੂਜੇ ਪਾਸੇ ਮੱਕਾ ਮਦੀਨਾ, ਦੂਜੇ ਪਾਸੇ ਕਰਿਆ ਕਰੇ ਦੂਜੇ ਪਾਸੇ, ਚਾਰੇ ਪਾਸੇ ਜਦੋਂ ਘੁਮਾਇਆ ਚਾਰੇ ਪਾਸੇ ਮੱਕਾ ਮਦੀਨਾ, ਉਹ ਜਾ ਕੇ ਗੁਰੂ ਨਾਨਕ ਦੇਵ ਦੇ ਪੈਰੀ ਪੈ ਗਿਆ। ਕਹਿੰਦਾ ਮੈਂ ਅੱਲਾਹ ਤਾਲਾ ਤਾਂ ਤੁਸੀਂ ਹੋ, ਉਹ ਅੱਲਾਹ ਤਾਲਾ ਵੀ ਆ, ਸਭ ਕੁਛ ਵੀ ਆ, ਹਿੰਦੂਆਂ ਦਾ ਵੀ ਆ ਉਹ, ਅਤੇ ਮੁਸਲਮਾਨ ਭਾਈਚਾਰਾ ਹਰ ਇੱਕ ਚੀਜ਼ ਦਾ ਉਹ, ਮਹਾਰਾਜ ਗੁਰੂ ਮਹਾਰਾਜ ਜਿਹੜੇ ਹੈਗੇ ਹਰ ਇੱਕ
ਧਰਮ ਦੇ ਹੈਗੇ ਆ ਵੀ ਸਾਰੇ ਧਰਮਾਂ ਨੂੰ ਮੇਰੀ ਬੇਨਤੀ ਆ ਆਪਾਂ ਗੁਰੂ ਨਾਨਕ ਦੇਵ ਜੀ ਦਾ ਸਾਰੇ ਧਰਮ ਜਿੰਨੇ ਵੀ ਹੈਗੇ ਆ ਵੀ ਆਪਾਂ ਸਾਰੇ ਇਹ ਜਨਮਦਿਨ ਜਾਂ ਜਿਵੇਂ ਮਹਾਰਾਜ ਦਾ ਜਨਮਦਿਨ ਆ ਕੋਈ ਵੀ ਧਿਆਨ ਦਿਹਾੜਾ ਆਉਂਦਾ ਵੀ ਮਨਾਇਆ ਕਰੀਏ ਸਾਰੇ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।